अगर आप हमारे चैनल पर नए हैं तो चैनल को सब्सक्राइब कर लीजिए और बेल आइकन पर क्लिक करके नोटिफिकेशंस को ऑन कर लीजिए फॉर फ्यूचर अपडेट्स के लिए हेलो फ्रेंड्स आप जीना मेरे YouTube चैनल में बहुत-बहुत स्वागत है so, आज की वीडियो के बीच हम डिस्कस करेंगे मास्टर कैडर अट 88 टीटी दे फॉर्म टी दे करेक्शन दे, दे रिगार्डिंग सो so, काफी ज्यादा स्टूडेंट दी क्यूरीज आ गई हैं कि सर ਸਾਡੇ ਫਾਰਮ ਚ ਗਲਤੀ ਹੋ ਗਈ ਹੈ ਗਲਤੀ ਕੀ ਹੋ ਗਈ ਹੈ ਮੇਨਲੀ ਸਬ ਦੀ ਕਾਮਨ ਮਿਸਟੇਕ ਹੋਈ ਹੈ ਮਿਸਟੇਕ ਤੁਹਾਡੀ ਵੀ ਨਹੀਂ ਹੈ ਫਰੈਂਡਸ ਮਿਸਟੇਕ ਮੇਰੇ ਅਕੋਰਡਿੰਗ ਬੋਰਡ ਦੀ ਹੈ ਮਿਸਟੇਕ ਕੀ ਹੈ ਕਿ ਜਦੋਂ ਤੁਸੀਂ ਆਪਣੇ ਫਾਰਮ ਦੀ ਕਰੈਕਸ਼ਨ ਕੀਤੀ ਹੈ ਅਪਲਾਈ ਹੇਅਰ ਤੇ ਕਲਿੱਕ ਕਰਕੇ ਤੁਸੀਂ ਉਹਦੇ ਵਿੱਚ ਆਪਣੀ ਡੀਟੇਲਸ ਫਿਲ ਕੀਤੀ ਹੈ ਬਾਈ ਡਿਫਾਲਟ ਉਹ ਜਿਹੜਾ ਆਪਸ਼ਨ ਆਉਣਾ ਚਾਹੀਦਾ ਸੀਗਾ ਕਿ ਯੂ ਆਰ ਐ ਸਿੱਖਿਆ ਪ੍ਰੋਵਾਈਡਰ ਆਰ ਯੂ ਆਰ ਐ ਵੋਲੰਟੀਅਰ ਹੋਤੇ ਬਾਈ ਡਿਫਾਲਟ ਨੋ ਆਉਣਾ ਚਾਹੀਦਾ ਹੈਗਾ ਬਾਈ ਡਿਫਾਲਟ ਇਹ ਆ ਸਾਰਿਆ ਸੀਗਾ ਤੁਹਾਡੇ ਕੋਲ ਚਲੋ ਗਲਤੀ ਨਾ ਜਾਂ ਕਿਸੇ ਵੀ ਠੀਕ ਹੈ ਜੀ ਪ੍ਰੋਸੈਸ ਨਾਲ ਉੱਥੇ ਤੁਹਾਡੇ ਕੋਲ ਸੇਵ ਹੋ ਕੇ ਡਾਟਾ ਤੁਹਾਡਾ ਲੌਕ ਹੋ ਗਿਆ ਸੋ ਇਹਦਾ ਜਿਹੜਾ ਹੁਣ ਸੋਲੂਸ਼ਨ ਹੈ ਉਹ ਕੀ ਹੈ ਏ ਵੈਸੇ ਤਾਂ ਮੇਰੇ ਅਕੋਰਡਿੰਗ ਬੋਰਡ ਦੀ ਮਿਸਟੇਕ ਹੈ ਇਹ ਉਹਨਾਂ ਨੂੰ ਵੈਸੇ ਆਪਸ਼ਨ ਜਿਹੜਾ ਨੋ ਬਾਈ ਡਿਫਾਲਟ ਰੱਖਣਾ ਚਾਹੀਦਾ ਲਿਖੇਗਾ ਲੇਕਿਨ ਉਹਨਾਂ ਨੇ ਉਹ ਜਿਹੜਾ ਆਪਸ਼ਨ ਆ ਹੈ ਬਾਈ ਡਿਫਾਲਟ ਯੈਸ ਰੱਖਿਆ ਜਿਸ ਕਰਣ ਬਹੁਤ ਜ਼ਿਆਦਾ ਠੀਕ ਹੈ ਜੀ ਮੇਰੇ ਅਕੋਰਡਿੰਗ ਮੈਨੂੰ 1-2 ਦਿਨਾਂ ਵਿੱਚ ਹੀ ਹਜ਼ਾਰਾਂ ਚਕਿਉਰੀਆਂ ਆ ਗਈਆਂ ਬੱਚਿਆਂ ਨੇ ਕਿ ਸਰ ਹੁਣ ਆਪਾਂ ਕੀ ਕਰੀਏ ਦੇਖੋ ਫਰੈਂਡਸ ਸੋਲੂਸ਼ਨ ਤਾਂ ਫਿਲਹਾਲ ਇੱਕ ਮੈਂ ਤੁਹਾਨੂੰ ਪ੍ਰੋਵਾਈਡ ਕਰਨ ਲੱਗਾ ਜਿਹੜਾ ਬੈਟਰ ਸੋਲੂਸ਼ਨ ਹੈ ਉਹ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਪ੍ਰੋਵਾਈਡ ਕਰੂੰਗਾ ਟੂ ਡੇਸ 31 ਜਦੋਂ ਮੈਂ ਇਹ ਵੀਡੀਓ ਅਪਲੋਡ ਕੀਤੀ ਹੈ ਤਾਂ ਇੱਥੇ ਦਿਖੋ ਇਹ ਸਰਕੂਲਰ ਵੈਬਸਾਈਟ ਤੇ ਅਪਡੇਟ ਹੋਇਆ ਰਿਗਾਰਡਿੰਗ Korection ਪੈਨਲ ਇੱਥੇ ਦੱਸਿਆ ਹੋਇਆ ਹੈ ਇੱਥੇ ਇੱਕ ਮੈਂ ਚੀਜ਼ ਹੋਰ ਵੀ ਤੁਹਾਨੂੰ ਡਿਫਾਈਨ ਕਰਨੀ ਹੈ ਜਿਹੜੇ ਤੁਹਾਡੇ ਲਈ ਜਾਣਨਾ ਪਲੱਸ ਤੁਹਾਡੇ ਫਰੈਂਡਸ ਲਈ ਜਾਣਨਾ ਬਹੁਤ ਜ਼ਰੂਰੀ ਹੈ ਸੋ ਜਿਨ੍ਹਾਂ ਨੇ ਵੀ ਫਾਰਮ ਅਪਲਾਈ ਕੀਤੇ ਸੀਗੇ ਇਹਨਾਂ ਨੇ ਕਾਫੀ ਜ਼ਿਆਦਾ ਕੈਂਡੀਡੇਟਸ ਨੇ ਮੇਲਸ ਪਲੱਸ ਸੂਡਕਿਉਰੀਜ਼ ਇਤਿਆਸੀ ਬੋਰਡ ਨੂੰ ਕਿ ਫਾਰਮ ਦੇ ਦਾ ਜਿਹੜਾ Korection ਪੈਲਾ ਨਾ ਓਪਨ ਕੀਤਾ ਜਾਏ ਸੋ ਇਸ ਲਈ ਵਿਭਾਗ ਵੱਲੋਂ ਮਿਤੀ 2 11 2020 ਦੁਪਹਿਰ 12 ਵਜੇ ਤੋਂ ਲੈ ਕੇ 3 11 2020 ਦੁਪਹਿਰ 12 ਵਜੇ ਤੱਕ ਮਿੰਟੂ ਸੇ 12 ਤੋਂ 12 ਤੁਹਾਡੇ ਫਾਰਮ ਦੀ ਕਰੈਕਸ਼ਨ ਹੋਣੀ ਹੈ ਮਿੰਟੂ ਸੇ ਲਿੰਕ ਜਿਹੜਾ ਫਿਰ ਤੋਂ ਇਨੇਬਲ ਹੋਣਾ ਹੈ ਇਨੇਬਲ ਮਿੰਟੂ ਸੇ ਕਿ ਫਿਰ ਤੋਂ ਤੁਹਾਡੇ ਫਾਰਮ ਜਿਹੜੇ ਅਨਲੌਕ ਕੀਤੇ ਜਾਣਗੇ ਵਜੇ ਤੱਕ ਉਮੀਦਵਾਰਾਂ ਦਾ ਡਾਟਾ ਅਨਲੌਕ ਕਰ ਦਿੱਤਾ ਜਾਵੇਗਾ ਡਿਸਐਪਰੂਵ ਕਰ ਦਿੱਤਾ ਜਾਵੇਗਾ ਮਿੰਟੂ ਸੇ ਤਾਂ ਜਿਹੜੇ ਵੀ ਆਪ ਕੈਂਡੀਡੇਟਸ ਨੇ ਕਰੈਕਸ਼ਨ ਕਰਨੀ ਹੈ ਉਹ 2 ਅਤੇ 3 ਤਰੀਕ ਦੇ ਵਿੱਚ ਵਿਚਾਰ ਕਰ ਸਕਦਾ ਟਾਈਮਿੰਗ 12 ਤੋਂ 12:00 ਦੁਪਹਿਰ ਦੇ 12 ਤੋਂ ਲੈ ਕੇ ਨੈਕਸਟ ਡੇ 12 ਵਜੇ ਤੱਕ ਇੱਕ ਹੋਰ ਇੰਪੋਰਟੈਂਟ ਜਿਹੜੀ ਇਹਨਾਂ ਨੇ ਗਾਈਡਲਾਈਨ ਦੱਸੀ ਹੈ ਹਰੇਕ ਕੈਂਡੀਡੇਟਸ ਵਾਸਤੇ ਬਿਕੋਜ਼ ਬੇਸ਼ੱਕ ਤੁਸੀਂ ਪੰਜਾਬ ਦੇ ਹੋ ਜਾਂ ਅਦਰ ਸਟੇਟ ਦੇ ਹੋ ਅਪਲਾਈ ਕੀਤੇ ਫਾਰਮ ਦਾ ਡਾਟਾ ਹਰੇਕ ਉਮੀਦਵਾਰ ਨੂੰ ਕਾਫੀ ਜ਼ਿਆਦਾ ਕੈਂਡੀਡੇਟਸ ਕਹਿ ਰਹੇ ਨੇ ਕੋਈ ਗੱਲ ਨਹੀਂ ਡਾਟਾ ਅਪਰੂਵ ਨਹੀਂ ਕਰਨਾ ਛੱਡੋ ਕੋਈ ਗੱਲ ਨਹੀਂ ਆਪਣੇ ਆਪ ਹੀ ਹੋ ਜਾਣਾ ਦੇਖੋ ਫਰੈਂਡਸ ਆਪਣੇ ਆਪ ਨਹੀਂ ਹੁੰਦਾ ਇਹ ਤੁਹਾਨੂੰ ਕਰਨਾ ਹੀ ਪੈਣਾ ਹੈ ਬਾਕੀ ਗੱਲ ਕਰੋ ਜਿਨ੍ਹਾਂ ਦੇ ਵੈਬਸਾਈਟ ਦੀ ਵੈਬਸਾਈਟ ਬਹੁਤ ਹੀ ਇਹਨਾਂ ਦੀ ਡਾਊਨ ਕੈਟਾਗਰੀ ਦੀ ਹੈ ਠੀਕ ਹੈ ਜੀ ਤੁਹਾਨੂੰ ਪਤਾ ਤੁਸੀਂ ਸਾਰਿਆਂ ਨੇ ਫਾਰਮ ਫਿਲ ਕਿਤੇ ਕਿਹੜੀ ਕਿਹੜੀ ਮਿਸਟੇਕਸ ਆਈਆਂ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਜ਼ਿਆਦਾ ਡੀਟੇਲ ਵਿੱਚ ਨਹੀਂ ਬੋਲ ਸਕਦਾ ਸਾਨੂੰ ਵੀ ਕੁਝ ਗਾਈਡਲਾਈਨਸ ਫੋਲੋ ਕਰਨੇ ਪੈਂਦੇ YouTube ਦੇ ਬਾਕੀ ਕਹਿੰਦੇ ਹੁੰਦੇ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਹੈ ਤੁਸੀਂ ਖੁਦ ਬਹੁਤ ਸਮਝਦਾਰ ਹੋ ਸਾਰਿਆਂ ਨੇ ਬੀਏ ਡੀਟੀਟੀ ਪਲੱਸ ਅਦਰ ਹਾਇਰ ਡਿਗਰੀਜ਼ ਕੀਤੀਆਂ ਹੋਈਆਂ ਤਾਂ ਅੱਗੇ ਦੇਖੋ ਜੀ ਕੀ ਦੱਸਿਆ ਹੋਇਆ ਅਪਲਾਈ ਕੀਤੇ ਫਾਰਮ ਦਾ ਡਾਟਾ ਹਰੇਕ ਉਮੀਦਵਾਰ ਵੱਲੋਂ ਲਾਕ ਅਪਰੂਵ ਕਰਨਾ ਜ਼ਰੂਰੀ ਹੈ ਕੰਪਲਸਰੀ ਹੈ ਜੋ ਮੈਂ ਠੀਕ ਹੈ ਨਾਰਮਲ ਜੀ ਲੌਗ ਇਨ ਕਰੋ ਉਥੇ ਆਪਣੀ ਡਿਟੇਲ ਨੂੰ ਦੇਖੋ கரੈਕਟ ਹੈ ਡਾਟਾ ਉਥੋਂ ਸੇਵ ਕਰਕੇ ਲੌਕ ਕਰ ਦਿਓ ਬੱਸ ਗੱਲ ਖਤਮ ਜਸਟ ਮੇਰੇ ਅਕੋਰਡਿੰਗ 10 ਸਕੰਡ ਦਾ ਕਮੈਂਟ ਤੁਹਾਡੇ ਲਈ ਠੀਕ ਹੈ ਜੀ ਬਾਕੀ ਹੋਰ ਅਪਡੇਟ ਸੀ ਆਪਣੀ ਜਿਹੜੀ ਫੋਟੋ 셀ਫ ਅਟੈਸਟਡ ਅਪਲੋਡ ਕਰੋ ਕਾਫੀ ਜ਼ਿਆਦਾ ਕੈਂਡੀਡੇਟਸ ਉਹ ਨਹੀਂ ਗਾਈਡਲਾਈਨਸ ਨੂੰ ਫੋਲੋ ਨਹੀਂ ਕਰਦੇ ਦੇਖੋ ਫਰੈਂਡਸ ਇਥੇ ਮੈਂ ਤੁਹਾਨੂੰ ਇੱਕ ਇੰਪੋਰਟੈਂਟ ਜੀਸਣਾ ਚਾਹਣਾ ਤੁਹਾਡੇ ਵਰਗੇ ਉਹਨਾਂ ਕੋ ਲੱਖਾਂ ਕੈਂਡੀਡੇਟਸ ਹੈ ਠੀਕ ਹੈ ਜੌਬ ਵਾਸਤੇ ਬਟ ਹਰੇਕ ਕੈਂਡੀਡੇਟ ਨੂੰ ਜੌਬ ਦੀ ਲੋੜ ਹੈ ਸਪੈਸ਼ਲੀ ਗਵਰਨਮੈਂਟ ਜੌਬ ਦੀ ਪ੍ਰਾਈਵੇ ਠੀਕ ਹੈ ਡਿਫਿਕਲਟ ਨਹੀਂ ਹੈ ਲੇਕਿਨ ਗਵਰਨਮੈਂਟ ਜੋਬ ਪਾਣਾ ਬਹੁਤ ਡਿਫਿਕਲਟ ਅਜਕਲ ਦੇ ਟਾਈਮ 'ਚ ਹੋ ਗਿਆ ਹੈ ਤਾਂ ਉਸ ਰਿਗਿੰਗ ਰਿਸਕ ਨਾ ਲਿਆ ਕਰੋ ਕਿਉਂ ਗਾਈਡਲਾਈਨ ਉਹ ਅਕੋਰਡਿੰਗ ਚਲੋ ਤਾਂ ਇਹੀ ਸੀ ਫਰੈਂਡਸ ਇਨਫੋਰਮੇਸ਼ਨ ਰਿਗਾਰਡਿੰਗ ਕੋਰੈਕਸ਼ਨ ਪਲਸ ਜਿਹੜੀ ਗਾਈਡਲਾਈਨਸ ਹਰੇ ਕੈਂਡੀਡੇਟ ਵਾਸਤੇ ਇਹਨੂੰ ਕਰਕੇ ਦੇਖੋ ਅਦਰ ਫਰੈਂਡਸ ਨਾਲ ਵੀ ਸ਼ੇਅਰ ਕਰੋ ਬਿਕੋਜ਼ ਇਹ ਜਿਹੜਾ ਹੁਣ ਸੋਲੂਸ਼ਨ ਹੋਣਾ ਹੈ ਇਹ ਦੋਨੋਂ ਹੀ ਹੋਣਾ ਹੈ ਫਿਲਹਾਲ ਇਸ ਤੋਂ ਇਲਾਵਾ ਕੋਈ ਤਾਂ ਡੀਕੀ ਹੋਰੀ ਜਾਂ ਕੁਸ਼ਨ ਹੁੰਦਾ ਹੈ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਪੁੱਛੋ ਹੋ ਸਕੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਆ ਕਰੋ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਜੇਕਰ ਤੁਸੀਂ ਹਲੇ ਤੱਕ ਨਹੀਂ ਕੀਤਾ ਸੋ 뎃 ਜਿਹੜੀਆਂ ਵੀ ਇਦਾਂ ਦੀ ਆਨਲਾਈਨ ਕਿਉਰੀਜ਼ ਆਉਂਦੀਆਂ ਉਹਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਤੁਹਾਨੂੰ ਟਾਈਮਲੀ ਮਿਲਦਾ ਰਹੇ ਸੋ ਥੈਂਕ ਯੂ ਫਰੈਂਡਸ ਵਾਚਿੰਗ ਦਿਸ ਵੀਡੀਓ ਐਂਡ ਫੋਰ ਯੋਰ ਵੈਲੇਬਲ